ਟੀਵੀ ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਪਹੁੰਚੇ ਹਾਂ ਖਨੌਰੀ ਦੇ ਬਾਰਡਰ ਉੱਤੇ। ਤੁਹਾਨੂੰ ਦੱਸਣਾ ਚਾਹਾਂਗੇ ਕਿਸਾਨੀ ਅੰਦੋਲਨ ਹੈ ਜੋ ਇੱਕ ਵਾਰ ਦੁਬਾਰੇ ਫਿਰ ਮੁੜ ਤੋਂ ਸ਼ੁਰੂ ਹੋ ਚੁੱਕਿਆ ਹੈ। 13 ਤਾਰੀਖ ਨੂੰ ਦਿੱਲੀ ਜਾਣ ਦੇ ਲਈ ਕਿਸਾਨਾਂ ਵੱਲੋਂ ਜਿਹੜੇ ਨੇ ਟਰਾਲੀਆਂ ਦੇ ਜੱਥੇ ਭਰ ਭਰ ਕੇ ਤੁਰਨੇ ਸ਼ੁਰੂ ਹੋ ਗਏ ਨੇ। ਤੁਹਾਨੂੰ ਤਸਵੀਰਾਂ ਪਹਿਲਾਂ ਖਨੌਰੀ ਬਾਰਡਰ ਦੀਆਂ ਵਿਖਾਵਾਂਗੇ। ਇਹ ਖਨੌਰੀ ਬਾਰਡਰ ਦੀਆਂ ਤਸਵੀਰਾਂ ਹਨ ਜਿੱਥੇ ਕਿ ਹਰਿਆਣਾ ਪੁਲਿਸ ਵੱਲੋਂ ਪੁਲਿਸ ਦੇ ਮੁਲਾਜ਼ਮ ਨੇ ਜੋ ਇੱਥੇ ਤੈਨਾਤ ਕਰ ਦਿੱਤੇ ਗਏ ਹਨ। ਅਤੇ ਥੋੜ੍ਹੀ ਦੂਰ 'ਤੇ ਜੇ ਆਪਾਂ ਇੱਥੋਂ ਰੋਡ ਦੀ ਗੱਲ ਕਰੀਏ ਤਾਂ 1 ਕਿਲੋਮੀਟਰ ਪਿੱਛੇ ਹੀ ਪਹਿਲੋਂ ਬੈਰੀਗੇਡ ਲਗਾ ਕੇ ਨਾਕਾ ਲਗਾ ਦਿੱਤਾ ਗਿਆ ਹੈ, ਆਮ ਲੋਕਾਂ ਦੀ ਆਵਾਜਾਈ ਨੂੰ ਬੰਦ ਕਰ ਦਿੱਤਾ ਗਿਆ ਹੈ। ਤਾਂ ਉਸ ਤੋਂ ਬਾਅਦ ਜੇ ਦੂਜੇ ਪਾਸੇ ਦੀ ਗੱਲ ਕਰੀਏ ਤਾਂ ਹਜੇ ਖਨੌਰੀ ਤੋਂ ਬਾਅਦ ਪਹਿਲਾਂ ਹੀ 1 ਬੈਰੀਗੇਡ ਲਗਾ ਕੇ ਪੂਰੇ ਇੰਤਜ਼ਾਮ ਕਰ ਦਿੱਤੇ ਗਏ ਹਨ ਕਿ ਜਿਹੜੇ ਅੱਜ ਕਿਸਾਨਾਂ ਵੱਲੋਂ ਇੱਥੇ 12 ਤਰੀਕ ਨੂੰ ਇੱਥੇ ਖਨੌਰੀ ਬਾਰਡਰ ਦੇ ਉੱਤੇ ਪੁੱਜਣਾ ਸੀਗਾ, ਉਹਨਾਂ ਨੂੰ ਉੱਥੇ ਨਾ ਪਹੁੰਚਣ ਦਿੱਤਾ ਜਾ ਸਕੇ। ਤਸਵੀਰਾਂ ਆਪਣੇ ਆਪ ਦੇ ਵਿੱਚ ਬੋਲਦੀਆਂ ਹਨ ਕਿ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਪੁਲਿਸ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ। ਜੇ ਗੱਲ ਕਰੀ ਜਾਵੇ ਸੜਕ ਦੀ ਤਾਂ ਸੜਕ 'ਤੇ ਕੋਈ ਵੀ ਆਵਾਜਾਈ ਇੱਥੇ ਨਹੀਂ ਆ ਸਕਦੀ। ਸਾਰੇ ਜਿਹੜੀ ਸੜਕ ਹੈ ਪੂਰੀ ਖਾਲੀ ਕਰਾ ਦਿੱਤੀ ਗਈ ਹੈ। ਦੂਰ ਤੱਕ ਤੁਹਾਨੂੰ ਤਸਵੀਰਾਂ ਵਿਖਾਉਣਾ ਚਾਹਾਂਗੇ ਕਿ ਜਿਹੜੇ ਆਮ ਲੋਕ ਹਨ ਉਹਨਾਂ ਨੂੰ ਪਿੱਛੋਂ ਹੀ ਮੋੜ ਦਿੱਤਾ ਜਾ ਰਿਹਾ ਹੈ। ਜੇ ਦੂਜੇ ਪਾਸੇ ਗੱਲ ਕਰੀ ਜਾਵੇ ਜਿਹੜੇ ਇੱਥੋਂ ਦੇ ਖੇਤਾਂ ਦੇ ਕਿਸਾਨ ਹਨ ਉਹ ਬਹੁਤ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰ ਰਿਹਾ। ਉਹਨਾਂ ਦਾ ਆਖਣਾ ਹੈ ਕਿ ਅਸੀਂ ਆਪਣੇ ਖੇਤਾਂ ਦੇ ਵਿੱਚ ਇੱਥੇ ਕੰਮ ਕਰਨ ਆਏ ਸੀ ਪਰ ਪੁਲਿਸ ਵੱਲੋਂ ਸਾਨੂੰ ਰੋਕ ਦਿੱਤਾ ਗਿਆ ਹੈ। ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੇ ਆਮ ਲੋਕ ਵੀ ਇੱਥੇ ਫਿਰ ਰਹੇ ਹਨ ਉਹਨਾਂ ਨੂੰ ਵੀ ਇੱਥੇ ਰੋਕਿਆ ਜਾ ਰਿਹਾ ਹੈ, ਉਹਨਾਂ ਦਾ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਆਧਾਰ ਕਾਰਡ ਵਗੈਰਾ ਸਾਰਾ ਕੁਝ ਚੈੱਕ ਕਰਨ ਤੋਂ ਬਾਅਦ ਹੀ ਇਹਨਾਂ ਨੂੰ ਅੱਗੇ ਜਾਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਤਸਵੀਰਾਂ ਤੁਸੀਂ ਵੇਖ ਸਕਦੇ ਹੋ। ਜੇ ਦੂਜੇ ਪਾਸੇ ਗੱਲ ਕਰੀਏ ਸੜਕ ਪੂਰੀ ਖਾਲੀ ਕਰਾ ਦਿੱਤੀ ਗਈ ਹੈ, ਵੱਡੇ ਵੱਡੇ ਬੈਰੀਗੇਡ ਲਗਾ ਕੇ ਇੱਥੇ ਸੜਕ ਨੂੰ ਬੰਦ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਬੈਰੀਗੇਡ ਦੇ ਸਾਹਮਣੇ ਇੱਕ ਹਰੇ ਰੰਗ ਦੀ ਚਾਦਰ ਢੱਕ ਦਿੱਤੀ ਗਈ ਹੈ ਕਿ ਜਿਹੜੀਆਂ ਉੱਧਰਲੇ ਪਰਲੇ ਪਾਸੇ ਦੀਆਂ ਤਸਵੀਰਾਂ ਹਨ ਉਹ ਅਸੀਂ ਨਾ ਵਿਖਾ ਸਕੀਏ। ਅਤੇ ਉਹ ਸਾਡੇ ਨਾਲ ਕੁਛ ਇੱਥੇ ਪਰਿਵਾਰ ਹੈ ਉਹ ਵੀ ਜਾ ਰਿਹਾ। ਕਹਾਂ ਸੇ ਆ ਬਾਈ ਸਾਹਿਬ? ਡਹਿਰ ਤਾਂ ਆਏ ਬਾਈ। ਕਿੰਨੀ ਕੁ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਜਿਹੜਾ ਅੱਜ ਕਿਸਾਨੀ ਅੰਦੋਲਨ ਨੇ ਇੱਥੋਂ ਲੰਘਣਾ ਸੀਗਾ? ਕਿ ਪਤਾ ਲੱਗ ਗਿਆ ਵੀਰੇ ਮਾਨੋ ਤੇ ਤੈਨੂੰ ਸ਼ਾਇਬ ਕਿਤੇ ਨਹੀਂ ਹੈ। ਹਾਂ ਹੈ, ਕੋਈ ਪਰੇਸ਼ਾਨੀ ਪੁਲਿਸ ਵੱਲੋਂ ਕੋਈ ਪਰੇਸ਼ਾਨੀ ਤੇ ਨਹੀਂ ਕੀਤਾ? ਨਾ ਨਾ, ਕੋਈ ਦਿੱਕਤ ਨਹੀਂ ਹੈ। ਜੀ ਜੀ ਜੀ, ਇਹ ਸਨ ਆਮ ਲੋਕ ਜਿਨ੍ਹਾਂ ਦਾ ਆਖਣਾ ਹੈ ਕਿ ਜਿਹੜੇ ਆਮ ਲੋਕ ਹਨ ਉਹਨਾਂ ਦਾ ਆਧਾਰ ਕਾਰਡ ਵਗੈਰਾ ਚੈੱਕ ਕਰਨ ਤੋਂ ਬਾਅਦ ਉਸ ਤੋਂ ਬਾਅਦ ਉਹਨਾਂ ਨੂੰ ਇੱਥੋਂ ਲੰਘਣ ਦਿੱਤਾ ਜਾ ਰਿਹਾ ਹੈ। ਗੱਲ ਕਰੀਏ ਤੁਹਾਨੂੰ ਤਸਵੀਰਾਂ ਵਿੱਚ ਵਿਖਾਉਂਦੇ ਹਾਂ ਕਿ ਜਿਹੜੇ ਬੰਦੇ 'ਤੇ ਸ਼ੱਕ ਪੈ ਰਿਹਾ ਹੈ ਉਸਨੂੰ ਵੈਰੀਫਾਈ ਕਰਨ ਦੇ ਲਈ ਮੁਲਾਜ਼ਮ ਨੇ ਜਿਹੜਾ ਉਹਨਾਂ ਦਾ ਪਿੱਛਾ ਵੀ ਕਰ ਰਿਹਾ, ਉਹਨਾਂ ਤੋਂ ਪੁੱਛ ਪੜਤਾਲ ਵੀ ਕਰ ਰਹੇ ਹਨ। ਤਸਵੀਰਾਂ ਤੁਹਾਨੂੰ ਵਿਖਾਉਂਦੇ ਹਾਂ ਜਿਹੜੇ ਹਰਿਆਣਾ ਪੁਲਿਸ ਵੱਲੋਂ ਤੈਨਾਤ ਕੀਤੇ ਗਏ ਹਨ, ਉਹਨਾਂ ਦੇ ਹੱਥ ਵਿੱਚ ਡੰਡੇ ਵੀ ਫੜਾ ਦਿੱਤੇ ਗਏ ਹਨ, ਸਿਰ ਦੇ ਉੱਤੇ ਹੈਲਮੈਟ ਪਾ ਦਿੱਤੇ ਗਏ ਹਨ। ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਹਰਿਆਣਾ ਪੁਲਿਸ ਦੀਆਂ ਜਿਹੜੀ ਪੂਰੀ ਮੁਸ਼ਤੈਦੀ ਨਾਲ ਇੱਥੇ ਤੈਨਾਤ ਕਰ ਦਿੱਤੇ ਗਏ ਹਨ। ਥੋੜ੍ਹੀ ਕੁਝ ਦੇਰੀ ਤੋਂ ਬਾਅਦ ਹੀ ਇੱਥੇ ਜਿਹੜਾ ਪ੍ਰੈਸ ਦੀ ਵੀ ਐਂਟਰੀ ਨੂੰ ਬੰਦ ਕਰ ਦਿੱਤਾ ਗਿਆ ਹੈ। ਦੇਖ ਸਕਦੇ ਹੋ ਤਾਂ ਗੱਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ। ਸਰ ਕਿਆ ਬਾਤ ਹੈ ਕਿ ਆਗੇ ਜਾਣਾ ਬੰਦ ਹੈ? ਕਿਆ ਬੰਦ ਹੈ ਜੀ? ਕਿਸਕੇ ਆਰਡਰ ਹੈ ਸਰ? ਪਤਾ ਨਹੀਂ ਭਾਈ।
ਜੀ ਜੀ ਇਸ ਹਰਿਆਣਾ ਪੁਲਿਸ ਜਿਨ੍ਹਾਂ ਦਾ ਆਖਣਾ ਹੈ ਪੁੱਛਣ ਤੇ ਪੁੱਛਿਆ ਗਿਆ ਕਿ ਕੀ ਆਰਡਰ ਨੇ ਤਾਂ ਉਹਨਾਂ ਨੇ ਕੈਮਰੇ ਤੋਂ ਆਉਣ ਤੋਂ ਜਵਾਬ ਦੇ ਦਿੱਤਾ ਹੈ। ਬਾਕੀ ਨਵੀਂ ਅਪਡੇਟ ਦੇ ਲਈ ਤੁਸੀਂ ਬਣੇ ਰਹੋ ਜਗਬਾਣੀ ਟੀਵੀ ਨਾਲ। ਰਵੀ ਸ਼ਰਮਾ, ਖਡੋਰੀ।